ਤੁਹਾਡੀਆਂ ਫੋਟੋਆਂ ਯੂਜ਼ ਵੀ ਹੁੰਦੀਆਂ ਮੈਂ ਸੁਣਿਆ ਹਾਂਜੀ ਬਾਲੀਵੁੱਡ ਦੇ ਵਿੱਚ ਵੀ ਤੁਹਾਡੀ ਫੋਟੋ ਯੂਜ਼ ਹੋਈ ਸੀ ਕਿਤੇ ਅਮੀਰ ਖਾਨ ਜੀ ਦੀ ਫਿਲਮ ਦੇ ਵਿੱਚ ਹਾਂਜੀ ਲਾਲ ਸਿੰਘ ਚੱਡਾ ਚ ਪੇਂਟਿੰਗ ਵਰਤੀ ਇੱਕ ਪੇਂਟਿੰਗ ਬਣਾਈ ਸੀ ਮੇਰੇ ਦੋਸਤ ਨੇ ਤੁਹਾਨੂੰ ਪੈਸੇ ਮਿਲੇ ਸੀ ਬਾਈ ਕਿ ਨਾ ਨਾ ਉਹ ਤਾਂ ਮੈਂ ਦੋਸਤ ਦੇ ਨਾਲ ਫਿਲਮ ਦੇਖਣ ਗਿਆ ਟ੍ਰੇਲਰ 'ਚ ਤਾਂ ਦੇਖਿਆ ਨਹੀਂ ਜਦੋਂ ਮੈਂ ਫਿਲਮ ਵੱਡੇ ਪਰਦੇ 'ਤੇ ਦੇਖੀ ਉਹ ਮੈਂ ਕਿਹਾ ਹਾਰ ਫਾਰਮਰ ਵੀ ਫੀਚਰ ਵਿੱਚ ਮੇਰਾ ਦੋਸਤ ਮੇਰੇ ਮੂੰਹ ਵਾਲਾ ਦੇਖਾ ਅੱਛਾ ਉਹ ਬਿਨਾਂ ਪੁੱਛੀ ਤੁਹਾਡੇ ਤੋਂ ਲਾ ਲਈ ਹਾਂਜੀ ਲਾ ਸਕਦੇ ਨੇ ਵੈਸੇ ਇੱਦਾਂ ਕਿ ਨਹੀਂ ਲਾ ਨਹੀਂ ਸਕਦੇ ਓਕੇ ਮੈਨੂੰ ਪਤਾ ਨਹੀਂ ਹੁਣ ਕਿੱਦਾਂ ਕੇਸ ਕਰੀਏ ਕਿ ਜਿਹੜੀ ਕਣਕ ਆ ਉਹ ਸਿਨਮੇ 'ਤੇ ਸਭ ਤੋਂ ਸੋਹਣੀ ਚੀਜ਼ ਲੱਗਦੀ ਫਸਲਾਂ ਵਿੱਚ ਮੈਨੂੰ ਪਤਾ ਨਹੀਂ ਸਭ ਤੋਂ ਵੱਧ ਫੈਸੀਨੇਟਿੰਗ ਕਣਕ ਲੱਗਦੀ ਸਕਰੀਨ 'ਤੇ ਜਦੋਂ ਮੈਂ ਸ਼ੂਟ ਕਰਦਾ ਉਹ ਇੰਨੀਆਂ ਕਿ ਫਿਲਮਾਂ ਵੇਖੀਆਂ ਜਦੋਂ ਇੱਥੇ ਪੰਜਾਬ ਆਇਆ ਅਤੇ ਮੈਂ ਕੈਮਰਾ ਹੱਥ ਲੱਗਾ ਫੋਟੋਆਂ ਖਿੱਚਦਾ 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 ਇੱਧਰ ਆ ਗਿਆ ਮਤਲਬ ਮੈਂ ਜਦੋਂ ਕੋਈ ਮੇਰੇ ਤੋਂ ਮਿਊਜ਼ਿਕ ਵੀਡੀਓ ਕਰਾਉਣ ਆਉਂਦਾ ਨਾ ਤਾਂ ਮੈਂ ਉਹਨੂੰ ਪੁੱਛਦਾ ਹੁੰਦਾ ਕਿ ਤੁਸੀਂ ਮੇਰਾ ਕੰਮ ਵੇਖਿਆ ਜੇ ਨਹੀਂ ਵੇਖਿਆ ਪਲੀਜ਼ ਵੇਖੋ ਫਿਰ ਮੈਨੂੰ ਕਿਹੋ ਕਿਉਂਕਿ ਬਾਅਦ ਵਿੱਚ ਮੈਨੂੰ ਨਾ ਤੁਸੀਂ ਕਿਉਂਕਿ ਮੇਰੇ ਤਾਂ ਸਾਡੇ ਨਾਲ ਐਂ ਕਰਤਾ ਐਂ ਹੋ ਗਿਆ ਮੈਂ ਪਹਿਲਾਂ ਸਪਸ਼ਟ ਹਾਂ ਜਦੋਂ ਮੈਂ ਕਿਸੇ ਨੂੰ ਪੁੱਛਦਾ ਸੀ ਮੈਂ ਤੁਹਾਡੀਆਂ ਫੋਟੋਆਂ ਖਿੱਚਣੀ ਐਵੇਂ ਖਿੱਚਣੀਆਂ ਤੁਸੀਂ ਆਹ ਕਰੈਕਟਰ ਕਰੋਗੇ ਉਹ ਨਹੀਂ ਕਰਦੇ ਸੀਗੇ